सेहत परिवार भलाई मंत्री सरदार चेतन सिंह जोड़ा माजरा ने हलका लहरा दे पिंड बलरा विखे तंदुरुस्त पंजाब सेहत केंद्र दा उद्घाटन किया। इस मौके ते हलका लहरा दे विधायक श्री बरिंदर गोयल ने भी विशेष मेहमान वजो शिरकत की। इत्थे जे कोई कमी पेशी हैगी है, वैसे तो ऑलरेडी चले रही थी, वो सारी इन्होंने विश्वास दवाया, सारी कमी पेशियां दूर करके इन्हूं बहुत बढ़िया तरीके दे नाल इत्थे चलाया जाऊगा। कैबिनेट मंत्री चेतन सिंह जोड़ा माजरा ने कहा कि मुख्यमंत्री पंजाब भगवंत मान दे योग अगुवाई वाली सूबा सरकार आम लोगों नूं मुढ़लियां सेहत अते सिख्या सहूलत देने लई पूरी तरह वचनबद्ध है। उन्होंने कहा कि सूबा सरकार वल्लों आम लोगों नूं उन्हां दे घरां दे नज़दीक ही वधिया सेहत सेवावां देण दा मकसद लई सूबे विच आम आदमी मोहल्ला क्लीनिक खोले जा रहे ने। इन्हां मोहल्ला क्लीनिक च सूबे दे लोगों नूं वधिया ते मुफ्त इलाज मुहैया करवाया जा रहा है। उन्होंने ये भी कहा कि पंजाब विच डॉक्टरी सहूलतां नूं होर बेहतर बनाने लई यतन जारी हैं। उन्होंने कहा कि डॉक्टर दी घाट नूं पूरा करन लई पंजाब सरकार वल्लों मेडिकल कॉलेज खोले जा रहे हैं। चेतन सिंह जोड़ा माजरा ने पंजाब सरकार दे 7 महीने दी उपलब्धियां नूं गिनाया। जोड़ा माजरा ने कहा कि 7 महीने दे अंदर ही उन्हां दी सरकार वल्लों फसलां दी समूची खरीद दे नाल नाल पक्कियां भर्तियां, हर वर्ग दे परिवारां नूं 600 यूनिट मुफ्त बिजली, पंजाब दे मुलाजमां नूं पुरानी पेंशन बहाल करन वर्गे इतिहासिक फैसले लिते गए ने। ते इस दे नाल ही उन्होंने कहा कि रंगला पंजाब बनाउण दी मुहिम वल कदम पट्टे गए ने। देखो मुलाजम तो ऑलरेडी उरे है ही गया, ये डिस्पेंसरी पहला जिहड़ी जिथे डिस्पेंसरी सीगी वो खस्ता हालत करके ये कितने बाहर कितने बैठे सीगे, पंचायत की जगह च बैठे सीगे। सो उत्थों पंचायत ने जिहड़ी डिस्पेंसरी आ जिहड़ी बना के दित्ती है, ये डिस्पेंसरी का अज उद्घाटन किया, जिहड़ा स्टाफ सीगा उन्हूं सारे नूं इत्थे बैठ के हुण जिहड़े मरीज़ आउणगे उन्हां नूं इत्थे देखणगे। सो इस करके अज इस डिस्पेंसरी का जिहड़ा उद्घाटन करन वास्ते। सर तुसीं स्पीच दे विच कहा भी डॉक्टरां दी कमी ऑलरेडी हैगी है, पर कई डॉक्टर ਹੋਣ ਦੇ ਬਾਵਜੂਦ ਵੀ ਕੋਈ ਛੁੱਟੀ ਲੈ ਜਾਂਦਾ ਹੈ ਜਾਂ ਮਤਲਬ ਕੋਈ ਪੜ੍ਹਾਈ ਕਰਨ ਚਲਾ ਜਾਂਦਾ ਹੈ, ਉੱਥੇ ਹੋਰ ਘਾਟ ਪੈਂਦੀ ਹੈ ਡਾਕਟਰਾਂ ਦੀ, ਕਿਉਂਕਿ ਉਹ ਬੜੀ ਸਮੱਸਿਆ, ਚਾਹੇ ਤਾਂ ਉਹਨਾਂ ਦੇ ਡੈਪੂਟੇਸ਼ਨ 'ਤੇ ਲਾਇਆ ਜਾਵੇ। ਜਿਵੇਂ ਲਹਿਰੇਗਾਗੇ ਦੀ ਗੱਲ ਕਰੀਏ ਤਾਂ ਉੱਥੇ 5 ਡਾਕਟਰ ਮੈਡੀਕਲ ਆਫਿਸਰ ਹੈਗੇ ਸੀ, ਪਰ ਹੁਣ ਉਹ ਵੀ ਨਹੀਂ ਹੈਗੇ, ਸਿਰਫ 2 ਹੈ। ਐਮਰਜੈਂਸੀ ਇੱਕ ਵਾਰ ਤਾਂ ਬੰਦ ਕਰਤੀ, ਦੁਬਾਰਾ MLA ਸਾਹਿਬ ਨੇ ਕਹਿ ਕੇ ਚਲਵਾਈ ਹੈ। ਦੇਖੋ ਫਿਲਹਾਲ ਜਿੰਨੇ ਡਾਕਟਰ ਆ ਸਾਨੂੰ ਉਹਨਾਂ ਦੇ ਵਿੱਚ ਹੀ ਪੰਜਾਬ ਨੂੰ ਚਲਾਉਣਾ ਪੈ ਰਿਹਾ। ਸੋ ਅੱਗੇ ਅਸੀਂ ਨਵੇਂ ਡਾਕਟਰਾਂ ਦੀ ਜਿਹੜੀ ਭਰਤੀ ਆ ਉੱਥੇ ਅਸੀਂ ਚੱਲੇ ਹੋਏਗਾ, ਸਾਰੀ ਭਰਤੀ ਕਰਾਂਗੇ। ਜੇ ਕਿਤੇ ਆਪਾਂ ਗੱਲ ਕਰੀਏ ਡਾਕਟਰ ਜਿਹੜਾ ਬਣਨ ਵਾਸਤੇ ਉਹਨਾਂ ਨੂੰ 8-10 ਸਾਲ ਲੱਗ ਜਾਂਦੇ ਨੇ, ਸਪੈਸ਼ਲਿਸਟ ਡਾਕਟਰ ਬਣਨ ਵਾਸਤੇ 10 ਸਾਲ ਲੱਗਦੇ ਨੇ ਘੱਟੋ ਘੱਟ। ਸੋ ਜੇ ਆਪਾਂ ਕਹੀਏ ਕਿ 1 ਲੱਖ ਤਾਂ ਹੋ ਨਹੀਂ ਸਕਦਾ, ਸਰਕਾਰ ਆਈ ਨੂੰ ਮਹਿਜ 7 ਮਹੀਨੇ ਹੋਏ ਨੇ। ਸੋ ਸਾਡੀ ਕੋਸ਼ਿਸ਼ ਹੈ, ਅਸੀਂ ਪੰਜਾਬ ਦੇ ਵਿੱਚ ਜਿਹੜੇ ਮੈਡੀਕਲ ਕਾਲਜ ਖੋਲ੍ਹ ਰਹੇ ਹਾਂ ਉਹ ਇਸੇ ਦਾ ਨਤੀਜਾ ਕਿ ਜਿਹੜੇ ਬੱਚੇ ਉੱਥੇ ਪੜ੍ਹਨਗੇ ਉਹ ਘੱਟ ਪੈਸਿਆਂ 'ਚ ਜਿਹੜੇ ਡਾਕਟਰ ਬਣਨਗੇ ਤਾਂ ਕਿ ਉਹ ਪੰਜਾਬ ਦੇ ਵਿੱਚ ਵੀ ਸੇਵਾ ਕਰ ਸਕਣ। ਸੋ ਇਸੇ ਕਰਕੇ ਸਾਡੀ ਪ੍ਰਾਇਓਰਟੀ ਹੈ ਕਿ ਪੰਜਾਬ 'ਚ ਮੈਡੀਕਲ ਕਾਲਜ ਆ ਜਿਹੜੇ ਵੱਧ ਤੋਂ ਵੱਧ ਖੋਲ੍ਹੇ। ਸਰ ਇਹ ਵੀ ਡੈਪੂਟੇਸ਼ਨ 'ਤੇ ਵੀ ਰਜਿਸਟ ਕੀਤੇ ਜਾ ਸਕਦੇ ਨੇ, ਜਿਸ ਤਰ੍ਹਾਂ ਦਿਨਾਂ ਦੇ ਹਿਸਾਬ ਨਾਲ ਵੀ ਮਤਲਬ ਲੋਕਾਂ ਨੂੰ ਸੁਵਿਧਾ ਤਾਂ ਮਿਲਣ, ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਡੈਪੂਟੇਸ਼ਨ 'ਤੇ ਕਿਉਂ, ਅਸੀਂ ਪੱਕੇ ਹੀ ਲਾਵਾਂਗੇ। ਸੋ ਅਸੀਂ ਇੱਕ ਵਾਰੀ ਸਾਰਾ ਰਿਵਿਊ ਕਰ ਰਹੇ ਹਾਂ, ਸਾਰੇ ਪੰਜਾਬ ਦਾ ਰਿਵਿਊ ਕਰ ਰਹੇ ਹਾਂ, ਜਿੱਥੋਂ ਜਿੱਥੋਂ ਐਡਜਸਟਮੈਂਟ ਆ ਉਹ ਕਈ ਵਾਰੀ ਸਾਡੀ ਕੁਦਰਤੀ ਫਿਤਰਤ ਬਣੀ ਹੋਈ ਹੈ ਕਿ ਅਸੀਂ ਚਾਹੁੰਦੇ ਹਾਂ ਅਸੀਂ ਘਰ ਦੇ ਲਵੇ ਰਹੀਏ। ਸੋ ਜਿਹੜੇ ਕੋਈ ਤਰਨ ਤਾਰਨ ਆ ਉੱਥੇ ਵੀ ਬਿਮਾਰ ਹੁੰਦੇ ਨੇ ਲੋਕ, ਉਹਨਾਂ ਨੂੰ ਵੀ ਲੋੜ ਹੈ। ਸੋ ਆ ਲਹਿਰਾ ਬਾਰਡਰ 'ਤੇ ਆ ਗਿਆ, ਇੱਥੇ ਵੀ ਲੋੜ ਹੈ। ਸੋ ਬਹੁਤੇ ਥੋੜ੍ਹੀ ਜਿਹੀ ਹੁੰਦੀ ਹੈ ਕਿ ਅਸੀਂ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ, ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਹਦਾ ਵੀ ਸਲਿਊਸ਼ਨ ਕੱਢੀਏ ਔਰ ਕੋਈ ਵੀ ਜਿਹੜਾ ਹੋਸਪਿਟਲ ਹੈ ਉਹ ਖਾਲੀ ਨਾ ਛੱਡੀਏ, ਉੱਥੇ ਜਿਹੜੇ ਡਾਕਟਰਾਂ ਦੀਆਂ ਪੋਸਟਾਂ ਹੈਗੀਆਂ ਨੇ ਉਹ ਸਾਰੀਆਂ ਭਰੀਏ। ਸਰ ਇੱਕ ਜਿਹੜਾ ਤੁਸੀਂ ਕੱਚੇ ਕੰਮ ਉਹਨੂੰ ਤੁਸੀਂ ਪੱਕੇ ਕਰਨ ਦੀ ਗੱਲ ਕੀਤੀ ਇਸ ਪੇਜ 'ਚ, ਜਿਵੇਂ ਚਲੋ ਅਧਿਆਪਕਾਂ ਨੂੰ ਆਰਡਰ ਮਿਲੇ ਨੇ ਅਤੇ ਆਪਣੇ ਡਿਪਾਰਟਮੈਂਟ ਦੇਰੀ ਹੋ ਰਹੀ, ਉਹਦਾ ਕਾਰਨ ਕੀ ਹੈ? ਜਿਵੇਂ ਨਹੀਂ ਸਾਰੇ ਕਰਾਂਗੇ ਸਾਡਾ, ਤੁਸੀਂ ਮਹਿਜ 7 ਮਹੀਨੇ ਹੋਏ ਨੇ, 7 ਮਹੀਨਿਆਂ ਦੇ ਵਿੱਚ ਕਿੰਨਿਆਂ ਨੂੰ ਮੈਂ ਜੁਆਇਨਿੰਗ ਲੈਟਰ ਦੇ ਦੀ ਸਮਝ, ਫਿਰ ਕਾਹਲ ਨਹੀਂ ਕਰਨ ਦਾ ਫਾਇਦਾ। ਕੋਈ ਸਰਕਾਰ ਨੇ ਪਹਿਲੇ 7 ਮਹੀਨਿਆਂ 'ਚ ਇੰਨਾ ਕੁਛ ਕੀਤਾ ਜਿੰਨਾ ਕੁਛ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ? ਤੁਸੀਂ ਫਿਰ ਆਪ ਹੀ ਦੱਸੋ, ਇਹ ਥੋੜ੍ਹਾ ਜਿਹਾ ਕਾਹਲ 'ਚ ਹੈ, ਕਿਉਂ ਸਰਕਾਰ ਸਭ ਦੀ ਪਹੁੰਚ ਹੈ, ਹਰੇਕ ਨੂੰ ਵੀ ਅਸੀਂ ਨਾ ਕਿਤੇ ਰਹਿ ਜੀ, ਅਸੀਂ ਨਾ, ਅਸੀਂ ਕਿਸੇ ਨੂੰ ਨਹੀਂ ਛੱਡਦੇ, ਸਭ ਨੂੰ ਕਰਾਂਗੇ, ਬਸ ਸਮੇਂ ਦੀ ਲੋੜ ਹੈ। ਸੋ ਇਹ ਨਹੀਂ ਹੈ ਅੱਜ ਅਸੀਂ ਪੱਕੇ ਕਰਦੇ, ਕੱਲ੍ਹ ਨੂੰ ਸਾਡੇ 12 ਮੂਹਰੇ ਧਰਨਾ ਲਾਈ ਬੈਠਣ ਨੂੰ ਤਾਂ ਕੋਈ ਫਾਇਦਾ? ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੈ ਪ੍ਰੀ ਪਲਾਨਡ ਜਿਹੜਾ ਫਾਈਨੈਂਸ ਡਿਪਾਰਟਮੈਂਟ ਤੋਂ ਉਹਨਾਂ ਦੀ ਤਨਖਾਹਾਂ ਵੀ ਦੇਣਾ, ਹੋਰ ਸਾਰਾ ਕੁਝ ਕਲੀਅਰ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹੈ ਅੱਗੇ ਲੈ ਕੇ ਜਾਵਾਂਗੇ। ਮੰਤਰੀ ਸਾਹਿਬ, ਇੱਕ ਹਲਕੇ ਦੇ ਵਿੱਚ ਜਿਹੜਾ ਡੇਅਰੀਆਂ ਦੇ ਵਿੱਚ ਉਹਦਾ ਦੂਜਾ ਦੁੱਧ ਆ ਰਿਹਾ, ਜ਼ਹਿਰੀਲਾ ਦੁੱਧ ਜੀ, ਸਾਰਾ ਕਾਰੋਬਾਰ ਹੋ ਰਿਹਾ, ਉਹ ਉਹਦੇ ਕਰਕੇ ਸਿਹਤ ਨੂੰ ਮਤਲਬ ਲੋਕਾਂ ਦੀ ਸਿਹਤ ਖਰਾਬ। ਤੁਹਾਡੀ ਕੋਈ ਨਿਗਾਹ 'ਚ ਸਰ ਹੈਗੀ ਆ ਇੱਦਾਂ ਦੀ? ਮੈਨੂੰ ਦੱਸੋ ਉੱਥੇ, ਤੁਸੀਂ ਕਿੱਥੇ 10 ਕਿਲੋਮੀਟਰ? ਬਹੁਤ ਨਹੀਂ, ਤੁਸੀਂ ਦੱਸੋ ਸਰ ਕਿੱਥੇ ਆ, ਤੁਹਾਡੇ ਨਾਲ ਚੱਲ ਕੇ ਹੁਣੀ ਉਹ ਕਰ ਦਿੰਦੇ ਹਾਂ, ਕਰ ਦਾਂਗੇ। ਸਰ ਜੀ, ਇੱਕ ਨਾ ਥੋੜ੍ਹੀ ਦੂਰ 'ਤੇ ਮੂਨਖ ਹੋਸਪਿਟਲ ਹੈ, ਉੱਥੇ ਨਾ ਲੋਕਾਂ ਨੂੰ ਇਲਾਜ ਦੀ ਬਜਾਏ ਰੈਫਰ ਪਰਚੀ ਮਿਲਦੀ,
ਉਹ ਤਾਂ ਸਰ ਪਹਿਲਾਂ ਗੱਲ ਹੋਈ ਗਈ ਸਾਰੀ ਸਰ ਆਪਾਂ ਹਰਿਆਣਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਇੱਕ ਆਰਡੀਨੈਂਸ ਜਾਰੀ ਕਰਿਆ ਉਹਦੇ ਬਾਰੇ ਕੀ ਕਹਿੰਦੇ ਨਹੀਂ ਮੈਂ ਉਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਹੈ ਮੈਂ ਖਬਰ ਪੜ੍ਹੀ ਨਹੀਂ ਹੈ ਕਿਉਂ ਮੈਂ ਰਾਤ ਲੇਟ ਆਈ ਜੀ ਐਸ ਟੀ ਨੂੰ ਲੈ ਕੇ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਆਪਣਾ ਜਿਹੜਾ ਫਾਈਨਾਂਸ ਹੈ ਵਧਿਆ ਇੱਥੇ ਜੀ ਐਸ ਟੀ ਨੂੰ ਲੈ ਕੇ ਪਰ ਕੈਗ ਦੀ ਰਿਪੋਰਟ ਹੈਗੀ ਆ ਉਹ ਵੀ ਕਹਿੰਦੇ ਘਟਿਆ ਦੇਖੋ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਬਹੁਤ ਸਲੀਕੀ ਨਾਲ ਜਿਹੜਾ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਬਹੁਤ ਦੂਰਦੇਸੀ ਸੋਚ ਕਰਕੇ ਜਿਹੜਾ ਪੰਜਾਬ ਹੈ ਉਹ ਪੈਰਾਂ ਸਿਰ ਹੋ ਰਿਹਾ ਜਿਹੜਾ ਜੀ ਐਸ ਟੀ ਦਾ ਉਹ ਵੀ ਰੈਵਨਿਊ ਵੀ ਵਧਿਆ ਸੋ ਇਸ ਕਰਕੇ ਬਾਕੀ ਇਹਨਾਂ ਤਾਂ ਗੱਲਾਂ ਕਰਨੀਆਂ ਨੇ ਅਸੀਂ ਗੱਲਾਂ ਨਹੀਂ ਅਸੀਂ ਕੰਮ ਕਰਨਾ ਸਰ ਇੱਕ ਜਿਹੜਾ ਨੋਟ ਨੂੰ ਲੈ ਕੇ ਜਿਹੜਾ ਇੱਕ ਬਸ ਹੋਰ ਬਹੁਤ ਦੇਖੋ ਅਰਵਿੰਦ ਜੀ ਨੇ ਜੋ ਕਹਿੰਦਾ ਠੀਕ ਹੈ ਸਰ ਇੱਕ ਮੈਡੀਕਲ ਪੜ੍ਹਾਈ ਲਈ ਬੱਚੇ ਬਾਹਰ ਜਾ ਰਹੇ ਨੇ ਆਓ ਭਰਾਓ ਮੈਡੀਕਲ ਕਾਲਜ ਜੀ ਬੋਲਣ ਉਹਦਾ ਇਹੀ ਕਾਰਨ ਹੈ ਜੀ ਜਿਹੜੇ ਬੱਚੇ ਨੇ ਉਹਨਾਂ ਨੂੰ ਉਰੇ ਜਿਹੜੀਆਂ ਪੜ੍ਹਾਈ ਹੈ ਜਿਹੜੀ ਸਸਤੀ ਤੇ ਵਧੀਆ ਮਿਲ ਸਕੇ ਹਲਕਾ ਵਿਧਾਇਕ ਸ਼੍ਰੀ ਬਰਿੰਦਰ ਗੋਇਲ ਨੇ ਵੀ ਸਿਹਤ ਮੰਤਰੀ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਏਗੀ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਹੁਤ ਘੱਟ ਸਮੇਂ 'ਚ ਲੋਕਾਂ ਨੂੰ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਜੋ ਹੋਰਨਾਂ ਸਰਕਾਰਾਂ ਨੇ 70 ਸਾਲ 'ਚ ਵੀ ਨਹੀਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦਾ ਹਰ ਵਰਗ ਸੰਤੁਸ਼ਟ ਨਜ਼ਰ ਆ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਨੂੰ ਦੇਖਦਿਆਂ ਦੇਸ਼ ਦੇ ਹੋਰ ਸੂਬੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਦੇਖੋ ਡਿਸਪੈਂਸਰੀ ਦੀ ਬਹੁਤ ਵੱਡੀ ਇੱਥੇ ਘਾਟ ਸੀ ਇਹ ਜਿਹੜੀ ਪੁਰਾਣੀ ਡਿਸਪੈਂਸਰੀ ਖੰਡਰ ਬਣ ਚੁੱਕੀ ਸੀ ਕੋਪਰੇਟ ਸੁਸਾਇਟੀ ਦੇ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਚਲਾਇਆ ਜਾ ਰਿਹਾ ਸੀ ਪੰਚਾਇਤ ਨੇ ਸਾਰੇ ਨਗਰ ਨੇ ਇਹ ਡਿਸਪੈਂਸਰੀ ਬਣਾਈ ਹੈ ਬਹੁਤ ਵਧੀਆ ਡਿਸਪੈਂਸਰੀ ਬਣਾਈ ਹੈ ਅਤੇ ਸਾਡੇ ਸਿਹਤ ਮੰਤਰੀ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਜੀ ਨੇ ਜਿਹਦਾ ਉਦਘਾਟਨ ਕੀਤਾ ਇੱਥੇ ਜੇ ਕੋਈ ਕਮੀ ਪੇਸ਼ੀ ਹੈਗੀ ਹੈ ਵੈਸੇ ਤਾਂ ਆਲਰੇਡੀ ਚੱਲੇ ਰਹੀ ਸੀ ਉਹ ਸਾਰੀ ਇਹਨਾਂ ਨੇ ਵਿਸ਼ਵਾਸ ਦਵਾਇਆ ਸਾਰੀ ਕਮੀਆਂ ਪੇਸ਼ੀਆਂ ਦੂਰ ਕਰਕੇ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਚਲਾਇਆ ਜਾਵੇਗਾ।